ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਕ ਬਾਣੀ ਚੈਨਲ ਵੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਰਮਨਦੀਪ ਕੌਰ ਨਿੱਘਾ ਸਵਾਗਤ ਕਰਦੀ ਆ ਇਕ ਬਾਣੀ ਚੈਨਲ ਦੀ ਪੂਰੀ ਟੀਮ ਦੇ ਵੱਲੋਂ ਸਾਡੇ 12ਵੀਂ ਜਮਾਤ ਦੇ ਵਿੱਚ ਚੰਗੇ ਅੰਕ ਪ੍ਰਾਪਤ ਕਰਨ ਵਾਲੇ ਸਾਰੇ ਹੀ ਬੱਚੇ ਬੱਚੀਆਂ ਨੂੰ ਸਾਡੇ ਵੱਲੋਂ ਬਹੁਤ ਬਹੁਤ ਵਧਾਈ ਹੈ ਕਿਉਂਕਿ ਸਾਰੇ ਹੀ ਵਿਧਾਈ ਦੇ ਪਾਤਰ ਨੇ ਸਾਰਿਆਂ ਨੇ ਸਾਡੀ ਕੌਮ ਦਾ ਜਿਹੜਾ ਨਾਮ ਰੌਸ਼ਨ ਕੀਤਾ ਸਾਨੂੰ ਪ੍ਰਾਊਡ ਫੀਲ ਕਰਵਾਇਆ ਹੈ ਤੇ ਉਹਨਾਂ ਦੇ ਪੇਰੈਂਟਸ ਉਹਨਾਂ ਦੇ ਮਾਪੇ ਵੀ ਵਧਾਈ ਦੇ ਪਾਤਰ ਨੇ ਜਿਨ੍ਹਾਂ ਨੇ ਆਪਣੇ ਬੱਚਿਆਂ ਦੇ ਨਾਲ ਜਿਹੜੀ ਮਿਹਨਤ ਕੀਤੀ ਹੈ ਤੇ ਉਸੇ ਦੇ ਦੌਰਾਨ ਤੁਸੀਂ ਦੇਖ ਰਹੇ ਹੋ ਇੱਕ ਬਾਣੀ ਚੈਨਲ ਦੀ ਕੋਸ਼ਿਸ਼ ਹੈ ਆਪਾਂ ਲਗਾਤਾਰ ਉਹਨਾਂ ਦੀਆਂ ਫੋਟੋਜ਼ ਵੀ ਅਪਲੋਡ ਕਰ ਰਹੇ ਹਾਂ ਇੱਕ ਬਾਣੀ ਚੈਨਲ ਦੇ ਉੱਤੇ ਤਾਂ ਜੋ ਉਹਨਾਂ ਬੱਚਿਆਂ ਦੀ ਹੌਸਲਾ ਅਫਜ਼ਾਈ ਹੋਵੇ ਤੇ ਉਹਨਾਂ ਨੂੰ ਦੇਖ ਕੇ ਹੋਰ ਬੱਚੇ ਵੀ ਜਿਹੜੇ ਬੂਸਟ ਹੋਣ ਅੱਗੇ ਆਉਣ ਤੇ ਜਿਸ ਦੇ ਨਾਲ ਉਹਨਾਂ ਬੱਚਿਆਂ ਨੂੰ ਵਿਦਿਆ ਦੇ ਖੇਤਰ ਦੇ ਵਿੱਚ ਪੜਾਈ ਦੇ ਖੇਤਰ ਦੇ ਵਿੱਚ ਅੱਗੇ ਆਉਣ ਦੀ ਜਿਹੜੀ ਉਹ ਕੋਸ਼ਿਸ਼ ਕਰਦੇ ਨਾਨ ਮੈਡੀਕਲ ਸਟਰੀਮ ਉਸ ਦੇ ਵਿੱਚ ਜੰਮੂ ਡਿਵੀਜ਼ਨ ਦੇ ਵਿੱਚ ਜਿਸ ਬੱਚੀ ਨੇ ਸਭ ਤੋਂ ਚੰਗੇ ਅੰਕ ਪ੍ਰਾਪਤ ਕੀਤੇ ਨੇ ਟਾਪ ਕੀਤਾ ਉਹ ਬੱਚੀ ਮਨਪ੍ਰੀਤ कौर ਸਾਡੇ ਨਾਲ ਹੈ ਮਨਪ੍ਰੀਤ ਕੌਰ ਕੋਲੋਂ ਇੱਕ ਨਿੱਕਾ ਜਿਹਾ ਸੁਨੇਹਾ ਲਵਾਂਗੇ ਬਾਕੀ ਇੰਟਰਵਿਊ ਤੁਸੀਂ ਸ਼ਾਮ ਤੱਕ ਜਿਹੜਾ ਇੱਕ ਬਾਣੀ ਚੈਨਲ ਉੱਤੇ ਜੀ ਜੋ ਗੱਲਾਂ ਹੋਈਆਂ ਮਨਪ੍ਰੀਤ ਔਰ ਸਾਡੇ ਵਿਚਕਾਰ ਤੁਸੀਂ ਸੁਣੋਗੇ ਜੀ ਮਨਪ੍ਰੀਤ ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਵਧਾਈ ਹੈ ਤੁਹਾਨੂੰ ਤੁਸੀਂ ਬਹੁਤ ਸੋਹਣੇ ਅੰਕ ਲਏ ਨੇ 500 ਦੇ ਵਿੱਚੋਂ uh, 498 498 ਆਊਟ ਆਫ 500 ਤੇ ਟੌਪ ਕੀਤਾ ਤੁਸੀਂ ਜੰਮੂ ਡਿਵੀਜ਼ਨ ਦੇ ਵਿੱਚ ਤੇ ਕੀ ਮੈਸੇਜ ਰਹੇਗਾ ਤੁਹਾਡਾ ਸਾਰਿਆਂ ਦੇ ਲਈ ਜੀ ਮੈਨੇ 498 ਸਕੋਰ ਕੀਆ ਆਊਟ ਆਫ 500 ਵਿਦ 99.6% ਔਰ ਫਰਸਟ ਡਿਵੀਜ਼ਨ ਹੈ ਤੋਂ ਮੈਨੇ ਆਪਣਾ ਪੂਰਾ ਇੰਟਰਵਿਊ ਜੋ ਹੈ ਉਹ ਇੱਕ ਬਾਣੀ ਚੈਨਲ ਕੇ ਥਰੋ ਆਪਕੇ ਤੱਕ ਪਹੁੰਚਾਇਆ ਹੈ ਪਲੀਜ਼ ਆਪ ਮੇਰਾ ਇਹ ਜ਼ਰੂਰ ਦੇਖਣਾ ਸੋ ਥੈਟ ਕਿ ਆਪਕੋ ਪਤਾ ਚੱਲੇ ਕਿ ਆਪ ਪਰਕਸ تھے ਕਿ ਆ कहां, कहां तक मैंने मेहनत किया है किस तरीके से मेहनत किया इट विल बी हेल्पफुल आपके बच्चों के लिए भी आपके लिए भी तो आगे से ज्यादा से ज्यादा इस चीज को इस इंटरव्यू को शेयर जरूर कीजिएगा अच्छा मनप्रीत इंटरव्यू भी की लाइव चल रहा हूं लाइव चाहिए जरूर जरूर मैं प्रोमिस करती हूँ मैं आप जरूर सीखूंगी आप मेरे पास तो टाइम फ्री फ्री हूं थोड़े टाइम के लिए तो मैं पंजाबी जरूर सीखूंगी और पंजाबी पर वर्कआउट भी करूंगी जरूर जी बहुत बहुत धनबाद मनप्रीत होना जो भी है ਗੱਲਾਂ ਹੋਈਆਂ ਨੇ ਸਾਰੀਆਂ ਗੱਲਾਂ ਕਿਦਾਂ ਪੜ੍ਹਾਈ ਦਾ ਜਿਹੜਾ ਸਫਰ ਰਿਹਾ ਇੱਥੋਂ ਤੱਕ ਕਿੰਨੇ ਜਿਹੜੇ ਸੋਹਣੇ ਅੰਕ ਲੈਨੇ ਉਹਦੇ ਵਿੱਚ ਕਿਦਾ ਕਿਦਾ ਯੋਗਦਾਨ ਰਿਹਾ ਕਿਵੇਂ ਪੜ੍ਹਾਈ ਕੀਤੀ ਕਿੰਨੇ ਘੰਟੇ ਸਾਰਾ ਇੰਟਰਵਿਊ ਹੈ ਜਿਹੜਾ ਤੁਸੀਂ ਬਾਣੀ ਚੈਨਲ ਦੇ ਉੱਤੇ ਸੁਣੋਗੇ ਤੇ ਸਾਰਿਆਂ ਦੇ ਵੱਲੋਂ ਹੀ ਮਨਪ੍ਰਿਤ ਹੋਣਾਂ ਨੂੰ ਵਧਾਈ ਦਿੱਤੀ ਜਾ ਰਹੀ ਹੈ ਮਨਪ੍ਰਿਤ ਕੌਰ ਜੀ ਹੀ ਸਾਡੇ ਨਾਲ ਜੁੜੇ ਹੋਏ ਨੇ ਤਾਂ ਮਨਪ੍ਰਿਤ ਨੂੰ ਵਧਾਈ ਦੇ ਰਹੇ ਨੇ ਗੁਲਸ਼ਨ ਭਗਤ ਜੀ ਸਾਡੇ ਨਾਲ ਜੁੜੇ ਹੋਏ ਨੇ ਤੇ ਲਗਾਤਾਰ ਮੈਸੇਜ ਜਿਹੜੇ ਆ ਰਹੇ ਨੇ ਬਾਦ ਦੇ ਵਿੱਚ ਸਾਰੇ ਹੀ ਮੈਸੇਜ ਜਿਹੜੇ ਮਨਪ੍ਰੀਤ ਕੌਰ ਤੁਹਾਡੇ ਆਪ ਹੀ ਪੜ ਲੈਣਗੇ ਤੇ ਕਸ਼ਮੀਰ ਦੀ ਧੀ ਹੈ ਇਹ ਕਸ਼ਮੀਰ ਦੀ ਬੱਚੀ ਕੁਪਵਾੜਾ ਇਹਨਾਂ ਦਾ ਰਜਿਸਟ੍ਰਿਕ ਹੈ ਅੱਜ ਕਸ਼ਮੀਰ ਵਾਸੀਆਂ ਨੂੰ ਵੀ ਬਹੁਤ ਜ਼ਿਆਦਾ ਮਾਣ ਮਹਿਸੂਸ ਹੋ ਰਿਹਾ ਤੇ ਸਾਡੇ ਸਿੱਖ ਕੌਮ ਨੂੰ ਮਨਪ੍ਰੀਤ ਕੌਰ ਉਤੇ ਬਹੁਤ ਮਾਣ ਹੈ ਇਹਨਾਂ ਦੇ ਮਾਪਿਆਂ ਦਾ ਵੀ ਬਹੁਤ-ਬਹੁਤ ਧੰਨਵਾਦ ਤੇ ਨਾਲ ਹੀ ਤੁਹਾਡਾ ਵੀ ਬਾਣੀ ਚੈਨਲ ਦੇ ਨਾਲ ਜੁੜਨ ਦੇ ਲਈ ਬਹੁਤ-ਬਹੁਤ ਧੰਨਵਾਦ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ